ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਫਤ ਅਕੈਡਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤਾਂ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਅਪਡੇਟ ਹੈ ਬਹੁਤ ਇੰਪੋਰਟੈਂਟ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਬਿਜਲੀ ਵਿਭਾਗ ਨੇ ਇੱਕ ਸਰਕੂਲਰ ਜਾਰੀ ਕੀਤਾ ਜਿਨ੍ਹਾਂ ਦਾ ਲੋਡ 1 ਤੋਂ 7 ਕਿਲੋਵਾਟ ਤੱਕ ਦਾ ਹੈ ਤਾਂ ਉਹਨਾਂ ਲਈ ਹੁਣ ਜ਼ੀਰੋ ਬਿੱਲ ਆਵੇਗਾ ਹਰ ਇੱਕ ਦੇ ਲਈ ਕਿਵੇਂ ਜ਼ੀਰੋ ਆਵੇਗਾ ਜਿਨ੍ਹਾਂ ਦਾ ਲੋਡ 7 ਤੋਂ ਜ਼ਿਆਦਾ ਹੈ ਤਾਂ ਉਹਨਾਂ ਲਈ ਕੀ ਕੀ ਨੁਕਸਾਨ ਨੇ ਸਾਰੀ ਤੁਹਾਨੂੰ ਜਾਣਕਾਰੀ ਮੁਹਈਆ ਕਰਵਾ ਰਹੇ ਹਾਂ ਲਗਭਗ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਘਰੇਲੂ ਸਪਲਾਈ ਅਤੇ ਗੈਰ ਘਰੇਲੂ ਸਪਲਾਈ ਨੂੰ ਪਹਿਲਾਂ 2 ਮਹੀਨਿਆਂ ਦਾ ਬਿੱਲ ਆਉਂਦਾ ਸੀ ਪਰ ਹੁਣ ਪਾਵਰ ਕਾਮ ਮੈਨੇਜਮੈਂਟ ਪੰਜਾਬ ਦੇ ਸਾਰੇ ਡੀਐਸ ਅਤੇ ਐਨਆਰਐਸ ਕਨੈਕਸ਼ਨ ਦੀ ਹਰ ਮਹੀਨੇ ਰੀਡਿੰਗ ਲੈ ਕੇ ਬਿੱਲ ਭੇਜਿਆ ਜਾਵੇਗਾ ਦੱਸਦੀ ਹੈ ਕਿ ਇਸ ਸਰਕੂਲਰ ਦੇ ਜਾਰੀ ਹੋਣ ਨਾਲ ਖਪਤਕਾਰਾਂ ਨੂੰ ਫਾਇਦਾ ਹੋਵੇਗਾ ਪਹਿਲਾਂ 2 ਮਹੀਨੇ ਦਾ ਬਿੱਲ ਆਉਣ ਤੇ ਖਪਤਕਾਰਾਂ ਦੇ ਬਿਜਲੀ ਦੇ ਯੂਨਿਟ ਵੀ ਜ਼ਿਆਦਾ ਵੱਧਦੇ ਸਨ ਤੇ ਬਿਜਲੀ ਦਾ ਬਿੱਲ ਹੈ ਜਿਹੜਾ ਉਸ ਹਿਸਾਬ ਦੇ ਨਾਲ ਆਉਂਦਾ ਸੀ ਹੁਣ ਹਰ ਮਹੀਨੇ ਬਿੱਲ ਆਉਣ ਨਾਲ ਖਪਤਕਾਰਾਂ ਨੂੰ ਇਸ ਪਾਸੋਂ ਰਾਹਤ ਵੀ ਮਿਲੇਗੀ ਕਿਉਂਕਿ ਬਿਜਲੀ ਯੂਨਿਟ ਵੀ ਘਟ ਬਲਣਗੇ ਯੂਨਿਟ ਦੇ ਰੇਟ ਦੇ ਹਿਸਾਬ ਨਾਲ ਬਿੱਲ ਵੀ ਘਟ ਆਵੇਗਾ ਦੱਸ ਦਈਏ ਮੰਨ ਲਓ ਤੁਹਾਡਾ ਬਿਜਲੀ ਦਾ ਲੋਡ 7 ਤੋਂ 10 ਕਿਲੋਵਾਟ ਦਾ ਤਾਂ ਪਹਿਲਾਂ ਤੁਸੀਂ 2 ਮਹੀਨਿਆਂ ਵਿੱਚ 800 ਯੂਨਿਟ ਬਿਜਲੀ ਖਪਤ ਕਰਦੇ ਸੀ ਉੱਥੇ ਹੀ ₹3.49 ਦੇ ਹਿਸਾਬ ਨਾਲ ਤੁਹਾਡਾ ਬਿਜਲੀ ਦਾ ਬਿੱਲ ₹3200 ਆਉਂਦਾ ਸੀ ਪਰ ਹੁਣ ਹਰ ਮਹੀਨੇ 400 ਯੂਨਿਟ ਬਾਲਣ ਤੇ ਤੁਹਾਨੂੰ ₹1600 ਬਿਜਲੀ ਦਾ ਬਿੱਲ ਭੁਗਤਾਨ ਕਰਨਾ ਪਵੇਗਾ ਉੱਥੇ ਹੀ ਜੇਕਰ ਤੁਸੀਂ ਹਰ ਮਹੀਨੇ 300 ਯੂਨਿਟ ਤੋਂ ਘੱਟ ਬਿਜਲੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਬਿੱਲ ਜ਼ੀਰੋ ਆਵੇਗਾ ਗੌਰਤਾਲਵ ਹੈ ਕਿ ਇਸ ਤੋਂ ਪਹਿਲਾਂ 10 ਤੋਂ 100 ਕਿਲੋਵਾਟ ਦੇ ਸਾਰੇ ਖਪਤਕਾਰਾਂ ਨੂੰ ਹਰ ਮਹੀਨੇ ਬਿਜਲੀ ਦਾ ਬਿੱਲ ਹੈ ਜਿਹੜਾ ਆਉਂਦਾ ਹੈ ਤਾਂ ਹੁਣ ਕੀ ਹੈ 7 ਤੋਂ 10 ਕਿਲੋਵਾਟ ਵਾਲਿਆਂ ਦਾ ਜਿਹੜਾ ਹੈਗਾ ਉਹਨਾਂ ਨੂੰ ਹੁਣ ਇੱਕ ਮਹੀਨੇ ਦਾ ਬਿੱਲ ਆਇਆ ਕਰੇਗਾ ਜਿਨ੍ਹਾਂ ਦਾ 7 ਕਿਲੋਵਾਟ ਤੋਂ ਘੱਟ ਹੈ ਤਾਂ ਉਹਨਾਂ ਨੂੰ ਕੀ ਹੈ ਦੋ ਮਹੀਨੇ ਦਾ ਬਿੱਲ ਆਇਆ ਕਰੇਗਾ ਤੇ ਇਹਦੇ ਵਿੱਚ ਬਹੁਤ ਫਾਇਦਾ ਹੋਣ ਵਾਲਾ ਹੈ ਹੁਣ ਘਰੇਲੂ ਖਪਤਕਾਰਾਂ ਦੇ ਲਈ ਤਾਂ ਦੱਸ ਦਈਏ ਜਿਨ੍ਹਾਂ ਨੇ ਲੋਡ ਚੈੱਕ ਕਰਨਾ ਹੈਗਾ ਉਹਦੇ ਬਾਰੇ ਪਹਿਲਾਂ ਵੀਡੀਓ ਬਣਾ ਚੁੱਕੇ ਆ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਣਗੇ ਉਹਨਾਂ ਨੂੰ ਦੇਖ ਕੇ ਤੁਸੀਂ ਆਪਣੇ ਘਰ ਦਾ ਲੋਡ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਘਰ ਬੈਠੇ ਜਿਹੜਾ ਕੱਢ ਸਕਦੇ ਹੋ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਈ ਸੀ ਤੁਹਾਡਾ ਧੰਨਵਾਦ